ਮੀਂਹ ਨੇ ਖੋਈ ਗਰੀਬ ਦੇ ਸਿਰ ਦੀ ਛੱਤ। ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ ਬਜ਼ੁਰਗ। ਬਰਸਾਤ ਨਾਲ ਡਿੱਗ ਗਈ ਘਰ ਦੀ ਛੱਤ। ਖਬਰ ਤਲਵੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਲਗਾਤਾਰ ਬੀਤੇ ਕਈ ਦਿਨਾਂ ਤੋਂ ਬਰਸਾਤ ਹੋ ਰਹੀ ਸੀ ਅਤੇ ਇਸ ਗਰੀਬ ਪਰਿਵਾਰ ਲਈ ਇਹ ਬਰਸਾਤ ਕਹਿਰ ਬਣ ਕੇ ਆ ਟੁੱਟੀ ਹੈ, ਜਿਸ ਤੋਂ ਬਾਅਦ ਇਸ ਗਰੀਬ ਦੇ ਘਰ ਦੀ ਜੋ ਛੱਤ ਸੀ ਉਹ ਡਿੱਗ ਗਈ, ਜਿਸ ਤੋਂ ਬਾਅਦ ਘਰ ਦਾ ਸਾਰਾ ਹੀ ਜੋ ਸਮਾਨ ਸੀ ਉਹ ਬਰਬਾਦ ਹੋ ਗਿਆ। ਜੇ ਪੇਟੀਆਂ ਦੀ ਗੱਲ ਕਰ ਲਈਏ, ਬੈੱਡ ਦੀ ਗੱਲ ਕਰ ਲਈਏ ਅਤੇ ਰਸੋਈ ਦੇ ਸਮਾਨ ਨੂੰ ਖਾਸ ਕਰਕੇ ਗੱਲ ਕਰ ਲਈਏ ਤਾਂ ਹਰ ਚੀਜ਼ ਖਰਾਬ ਹੋ ਚੁੱਕੀ ਹੈ। ਹਾਲਾਂਕਿ ਇੱਕ ਦਿਹਾੜੀ ਮਜ਼ਦੂਰੀ ਕਰਨ ਵਾਲਾ ਇਹ ਸ਼ਖਸ ਹੈ ਜਿਸਦਾ ਸਾਰਾ ਪਰਿਵਾਰ ਹੀ ਦਿਹਾੜੀ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਦਾ ਗੁਜ਼ਾਰਾ ਕਰਦਾ ਸੀ ਅਤੇ ਉਹਨਾਂ ਦੇ ਘਰ ਦੀ ਛੱਤ ਹੇਠਾਂ ਡਿੱਗ ਗਈ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਲਈ ਇੱਕ ਵੱਡੀ ਮੁਸੀਬਤ ਖੜੀ ਹੋ ਗਈ ਹੈ। ਹਾਲਾਂਕਿ ਇਸ ਵਿੱਚ ਬਚਾਅ ਇਹ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮਾਲੀ ਨੁਕਸਾਨ ਦੀ ਗੱਲ ਕਰੀਏ ਤਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਹਰ ਚੀਜ਼ ਤਹਿਸ ਨਹਿਸ ਹੋਈ ਪਈ ਹੈ, ਹਰ ਚੀਜ਼ ਟੁੱਟ ਗਈ ਹੈ। ਬੈੱਡ ਦੀ ਗੱਲ ਕਰ ਲਈਏ ਤਾਂ ਬੈੱਡ ਜੋ ਹੈ ਬੁਰੀ ਤਰ੍ਹਾਂ ਖਰਾਬ ਹੋਇਆ ਹੈ ਔਰ ਉੱਥੇ ਹੀ ਘਰ ਵਿੱਚ ਪਈ ਪੇਟੀ ਅਤੇ ਰਸੋਈ ਦਾ ਸਮਾਨ ਵੀ ਇਸ ਹਾਦਸੇ ਦੇ ਨਾਲ ਖਰਾਬ ਹੋ ਗਿਆ। ਹਾਲਾਂਕਿ ਇਹ ਬਜ਼ੁਰਗ ਦਿਹਾੜੀਦਾਰ ਮਜ਼ਦੂਰ ਦਿਹਾੜੀ ਲਗਾਉਣ ਲਈ ਗਿਆ ਹੋਇਆ ਸੀ ਅਤੇ ਬੀਤੇ ਕਈ ਦਿਨਾਂ ਤੋਂ ਸ਼ਹਿਰ ਦੇ ਵਿੱਚ ਜੋ ਬਰਸਾਤ ਸੀ ਉਹ ਹੋ ਰਹੀ ਸੀ ਅਤੇ ਤਲਵੰਡੀ ਦੇ ਹੀ ਇੱਕ ਪਿੰਡ ਦੇ ਵਿੱਚ ਇਹ ਰਹਿੰਦਾ ਹੈ ਪਰਿਵਾਰ, ਜੋ ਕਿ ਸਾਰਾ ਪਰਿਵਾਰ ਹੀ ਦਿਹਾੜੀ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਹੁਣ ਜਿੱਥੇ ਕਿ ਬਰਸਾਤ ਦੇ ਨਾਲ ਪਰਿਵਾਰ 'ਤੇ ਵੱਡੀ ਮੁਸੀਬਤ ਆ ਡਿੱਗੀ ਹੈ, ਘਰ ਦੀ ਜੋ ਛੱਤ ਹੈ ਉਹ ਹੇਠਾਂ ਡਿੱਗੀ ਹੈ। ਹੁਣ ਇਸ ਬਜ਼ੁਰਗ ਦਿਹਾੜੀਦਾਰ ਮਜ਼ਦੂਰ ਦੇ ਵੱਲੋਂ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਗਈ ਹੈ, ਇੱਕ ਮਦਦ ਦੀ ਪੁਕਾਰ ਲਗਾਈ ਗਈ ਹੈ ਕਿ ਤਾਂ ਜੋ ਉਹ ਇਸ ਦੀ ਬਾਂਹ ਫੜਨ ਅਤੇ ਇਸ ਦੇ ਘਰ ਦੀ ਛੱਤ ਦੀ ਮੁਰੰਮਤ ਕਰ ਸਕਣ ਕਿ ਤਾਂ ਜੋ ਇਹ ਵੀ ਆਪਣੀ ਜ਼ਿੰਦਗੀ ਦਾ ਖੁਸ਼ੀ ਖੁਸ਼ੀ ਆਈ ਚਲਾਈ ਕਰ ਸਕੇ। ਖਬਰ ਤਲਵੰਡੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬਰਸਾਤ ਦੇ ਨਾਲ ਇੱਕ ਘਰ ਦੀ ਛੱਤ ਹੇਠਾਂ ਡਿੱਗੀ ਆ ਅਤੇ ਇਹ ਪਰਿਵਾਰ ਸਾਰਾ ਹੀ ਦਿਹਾੜੀ ਮਜ਼ਦੂਰੀ ਕਰਕੇ ਗੁਜ਼ਾਰਾ ਕਰਦਾ ਸੀ, ਜਿਸ ਤੋਂ ਬਾਅਦ ਹੁਣ ਪਰਿਵਾਰ ਲਈ ਵੱਡੀ ਮੁਸੀਬਤ ਖੜੀ ਹੋ ਗਈ ਹੈ। ਪ੍ਰਸ਼ਾਂਤ ਸਿੰਘ ਜੀ, ਪਿੰਡ ਕਲਾਲ ਵਾਲਾ, ਤਹਿਸੀਲ ਤਲਵੰਡੀ, ਜ਼ਿਲ੍ਹਾ ਬਠਿੰਡਾ। ਅਤੇ ਮੀਂਹ ਕਿੰਦੇ ਕਾਰਨ ਜੀ ਆ ਛੱਤ ਡਿੱਗ ਪਈ, ਨੁਕਸਾਨ ਹੋ ਗਿਆ ਪੇਟੀਆਂ ਪੂਟੀਆਂ ਦਾ ਅਤੇ ਉਸ ਭਾਂਡਾ ਠਿੱਕ ਸਾਰਾ ਫੁੱਟ ਗਿਆ, ਮੰਜੇ ਮੰਜੇ ਟੁੱਟ ਗਏ। ਕਦੋਂ ਕੀ ਕੰਮ ਕਰਦੇ ਜੀ ਤੁਸੀਂ? ਕੰਮ ਦੇ ਦਿਹਾੜੀ 'ਚ ਜਾਣਾ, ਮੈਂ ਦਿਹਾੜੀ 'ਚ ਗਿਆ ਸੀਗਾ, ਬੱਚੇ ਗਏ ਨੇ ਰਾਜਸਥਾਨ 'ਚ ਦਿਹਾੜੀ ਕਰਨ, ਕੱਲ੍ਹ ਹੀ ਗਏ ਨੇ ਉਹ, ਬਸ ਠੀਕ ਆ ਵੀ ਬੱਚ ਤੁਰੇਗੀ, ਨਹੀਂ ਤਾਂ ਹੋਰ ਹੀ ਕੰਮ ਹੋ ਗਿਆ ਸੀਗਾ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਦੇਖੋ ਜੀ, ਬੰਦਿਆਂ ਨੇ ਤਾਂ ਹੋਇਆ ਨੀਗਾ, ਅਸਮਾਨ ਫੁੱਟ ਗਿਆ ਸਾਰਾ, ਆਹ ਟੁੱਟਿਆ ਪਿਆ ਸਾਰਾ ਕੁਛ, ਇਹਦੇ ਲੀੜੇ ਲੂੜੇ ਸਾਰੇ ਆ ਗਏ, ਦੇਖ ਲਓ। ਕੀ ਮੰਗ ਕਰਦੇ? ਮੰਗ ਤਾਂ ਇਹੀ ਹੈ ਜੀ, ਸਹਾਇਤਾ ਮੰਗਦੇ ਹਾਂ ਸਰਕਾਰ ਤੋਂ, ਅਸੀਂ ਚੱਲ ਸੱਚ ਪਾ ਲਈਏ, ਭਗਵੰਤ ਮਾਨ ਤੋਂ ਸਹਾਇਤਾ ਮੰਗਦੇ ਹਾਂ ਸਰਕਾਰ ਤੋਂ, ਪੰਜਾਬ ਹੋਵੇਗਾ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ।